ਕਸ਼ਿਸ਼ ਭਰਿਆ ਵਾਕ ਜੈਸਰੀ ਦੀ ਵਾਰ ਦਾ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ। ਇਸ ਦੇ ਵਿੱਚ ਜਿਤਨੀਆਂ ਗਹਿਰਾਈਆਂ ਨੂੰ ਸਤਿਗੁਰ ਨੇ ਛੋਇਆ ਹੈ, ਬਿਆਨ ਕੀਤਾ ਹੈ, ਉਸਨੂੰ ਛੋਣਾ ਬਿਆਨ ਕਰਨਾ ਤਾਂ ਕਠਿਨ, ਪਰ ਇਹ ਨਿੱਕਾ ਜਿਹਾ ਮੱਛਰ ਆਕਾਸ਼ ਤੱਕ ਪਹੁੰਚ ਨਹੀਂ ਸਕਦਾ ਔਰ ਇੱਕ ਮਛਲੀ ਸਾਰੇ ਸਾਗਰ ਦਾ ਅੰਤ ਨਹੀਂ ਪਾ ਸਕਦੀ। ਇਸ ਤਰ੍ਹਾਂ ਹੀ ਇਸ ਸ਼ਬਦ ਵਿੱਚ ਉਚਾਈ ਹੈ, ਗਹਿਰਾਈ ਹੈ। ਇਸ ਸ਼ਬਦ ਦੇ ਅਰਥ ਮੈਂ ਆਰੰਭ ਕਰਾਂ ਸਤਿਗੁਰਾਂ ਦੀ ਬਾਣੀ ਦੇ ਇੱਕ ਵਾਕ ਤੋਂ, ਜਾਗਤ ਸੋਇਆ ਜਨਮ ਗਵਾਇਆ। ਮਨੁੱਖ ਜਾਗਿਆ ਹੋਇਆ ਔਰ ਸੁੱਤਾ ਹੋਇਆ ਹੈ। ਪ੍ਰਸ਼ਨ ਖੜਾ ਹੋਵੇਗਾ, ਜੋ ਜਾਗਿਆ ਹੋਇਆ ਹੈ ਉਹ ਜਾਗਿਆ ਹੋਇਆ ਹੈ, ਜੋ ਸੁੱਤਾ ਹੋਇਆ ਹੈ ਉਹ ਸੁੱਤਾ ਹੋਇਆ। ਪਰ ਮਹਾਰਾਜ ਐਸਾ ਨਹੀਂ ਕਹਿ ਰਹੇ, ਮਨੁੱਖ ਜਾਗਿਆ ਹੋਇਆ ਹੈ, ਮਨੁੱਖ ਸੁੱਤਾ ਹੋਇਆ ਹੈ। ਇਹਨੂੰ ਫਿਰ ਪ੍ਰਾਚੀਨ ਰਿਸ਼ੀ ਮੁਨੀਆਂ ਨੇ ਸ਼ਬਦ ਦਿੱਤਾ ਹੈ, ਇਸ ਅਵਸਥਾ ਨੂੰ ਅਰਧ ਚੇਤਨ, ਅੱਧਾ ਜਾਗਿਆ ਅੱਧਾ ਸੁੱਤਾ ਹੋਇਆ, ਇਸ ਵਾਸਤੇ ਅਧੂਰਾ ਹੈ। ਅਰਧ ਚੇਤਨ, ਅੱਧਾ ਜਾਗਿਆ ਅੱਧਾ ਸੁੱਤਾ ਹੈ। ਜਾਗਿਆ ਹੈ ਧਨ ਦੇ ਪ੍ਰਤੀ, ਸੁੱਤਾ ਹੈ ਧਰਮ ਦੇ ਪ੍ਰਤੀ। ਜਾਗਿਆ ਹੈ ਪਦਾਰਥਾਂ ਦੇ ਪ੍ਰਤੀ, ਸੁੱਤਾ ਹੋਇਆ ਹੈ ਪਰਮਾਤਮਾ ਦੇ ਪ੍ਰਤੀ। ਜਾਗਿਆ ਹੈ ਪਰਿਵਾਰ ਦੇ ਪ੍ਰਤੀ, ਸੁੱਤਾ ਹੋਇਆ ਨਿਰੰਕਾਰ ਦੇ ਪ੍ਰਤੀ। ਇਹ ਹੁਣ ਅਗਰ ਸੁੱਤਾ ਹੋਇਆ ਮਨੁੱਖ ਪਾਠ ਵੀ ਕਰੇ, ਪੂਜਾ ਵੀ ਕਰੇ, ਕਥਾ ਵੀ ਕਰੇ, ਕੀਰਤਨ ਵੀ ਕਰੇ, ਸਾਰੇ ਧਾਰਮਿਕ ਕਰਮ ਕਰੇ, ਤਾਂ ਸੁੱਤੇ ਦੇ ਸਾਰੇ ਕਰਮ ਵੀ ਸੰਸਾਰੀ ਹੋ ਜਾਣਗੇ, ਕਿਉਂਕਿ ਅਜੇ ਤਾਂ ਪਰਮਾਤਮਾ ਦੇ ਪ੍ਰਤੀ ਇਹ ਜਾਗਿਆ ਹੀ ਨਹੀਂ, ਅਤੇ ਪਰਮਾਤਮਾ ਦੇ ਪ੍ਰਤੀ ਕਰਮ ਕੀ ਹੱਕ ਕਰੇਗਾ, ਕਿਸ ਤਰ੍ਹਾਂ ਕਰੇਗਾ। ਉਮੀਦ ਹੈ ਜਿਹੜੇ ਗਹਿਰੇ ਸਤਸੰਗੀ ਕੁਛ ਅਭਿਆਸ ਕਰਦੇ ਹੋਣਗੇ ਜ਼ਰੂਰ ਪਕੜਦੇ ਜਾਏਗਾ। ਅਰਧ ਚੇਤਨ ਜਾਗਿਆ ਹੈ ਸੰਸਾਰ ਦੇ ਪ੍ਰਤੀ, ਸੁੱਤਾ ਹੈ ਨਿਰੰਕਾਰ ਦੇ ਪ੍ਰਤੀ। ਜਾਗਤ ਸੋਇਆ, ਜਾਗਿਆ ਹੋਇਆ ਪਦਾਰਥਾਂ ਦੇ ਪ੍ਰਤੀ, ਸੋਇਆ ਹੋਇਆ ਪਰਮਾਤਮਾ ਦੇ ਪ੍ਰਤੀ। ਜਾਗਿਆ ਹੈ ਪਰਿਵਾਰ ਦੇ ਪ੍ਰਤੀ, ਸਮਝ ਆ ਗਈ ਹੈ ਇਹ ਮਾਂ ਹੈ, ਇਹ ਪਿਤਾ ਹੈ, ਇਹ ਭਰਾ ਹੈ, ਇਹ ਭੈਣ ਹੈ, ਇਹ ਪਤਨੀ ਹੈ, ਪਤੀ ਹੈ, ਇਹ ਪੁੱਤਰ ਹੈ, ਜਾਗਿਆ। ਜਾਗਿਆ ਹੈ ਪਰਿਵਾਰ ਦੇ ਪ੍ਰਤੀ, ਸੁੱਤਾ ਹੋਇਆ ਨਿਰੰਕਾਰ ਦੇ ਪ੍ਰਤੀ। ਇਹ ਸੁੱਤਾ ਹੋਇਆ ਮਨੁੱਖ ਜੋ ਕੁਛ ਵੀ ਕਰੇਗਾ, ਸਾਰੇ ਕਰਮ ਸੰਸਾਰੀ ਨੇ, ਇਹਦਾ ਪਾਠ ਸੰਸਾਰੀ, ਇਹਦਾ ਪੂਜਾ ਕੀਤੀ ਹੋਈ ਸੰਸਾਰੀ, ਇਹਦਾ ਕਥਾ ਅਤੇ ਕੀਰਤਨ ਸੰਸਾਰੀ, ਇਹਦਾ ਦਾਨ ਪੁੰਨ ਸੰਸਾਰੀ, ਇਹਦਾ ਜਿਤਨਾ ਗਿਆਨ ਹੈ ਉਹ ਵੀ ਸੰਸਾਰੀ। ਦੇਖਣ ਨੂੰ ਦਿਸੇਗਾ ਇਹ ਧਾਰਮਿਕ ਕਰਮ ਕਰ ਰਿਹਾ, ਧਰਮ ਦੇ ਪ੍ਰਤੀ ਤਾਂ ਸੁੱਤਾ ਹੋਇਆ, ਇਹ ਤਾਂ ਸੋਇਆ ਹੋਇਆ। ਇਹ ਧਾਰਮਿਕ ਜਗਤ ਵਿੱਚ ਬਹੁਤ ਕੁਛ ਹੋ ਰਿਹਾ, ਬਹੁਤ ਕੁਛ ਹੋ ਰਿਹਾ, ਮੈਂ ਅਰਜ਼ ਕਰਾਂ ਨਹੀਂ ਹੋ ਰਿਹਾ, ਕੁਛ ਵੀ ਨਹੀਂ ਹੋ ਰਿਹਾ, ਕੁਛ ਵੀ ਨਹੀਂ ਹੋ ਰਿਹਾ। ਸੁੱਤੇ ਮਨੁੱਖ ਧਰਮ ਦੇ ਮੰਦਿਰ ਬਣਾ ਰਹੇ ਨੇ, ਕਿਉਂਕਿ ਸੁੱਤੇ ਨੇ, ਉਹਨਾਂ ਬਣਾਏ ਹੋਏ ਮੰਦਿਰਾਂ 'ਤੇ ਲੜਨਗੇ, ਝਗੜਨਗੇ, ਗੋਲੀਆਂ ਵੀ ਚੱਲਣਗੇ ਔਰ ਚੱਲਦੀਆਂ। ਸੁੱਤਾ ਹੋਇਆ ਮਨੁੱਖ ਸੇਵਾ ਕਰ ਰਿਹਾ,
ਤੋ ਮੈਂ ਇੰਝ ਅਰਜ਼ ਕਰਾਂ, ਜਾਗਿਆ ਹੋਇਆ ਸੰਸਾਰ ਦੇ ਪ੍ਰਤੀ, ਜੋ ਸਿਰਫ ਸੰਸਾਰ ਦੇ ਪ੍ਰਤੀ ਜਾਗਿਆ ਉਹਦੇ ਸਾਰੇ ਕਰਮ ਸੰਸਾਰੀ ਨੇ, ਚਾਹੇ ਉਹ ਦਾਨ ਹੈ, ਚਾਹੇ ਉਹ ਪੁੰਨ ਹੈ, ਚਾਹੇ ਉਹ ਕਥਾ ਹੈ, ਚਾਹੇ ਉਹ ਕੀਰਤਨ ਹੈ, ਚਾਹੇ ਉਹ ਪਾਠ ਹੈ, ਚਾਹੇ ਉਹ ਪੂਜਾ ਹੈ, ਸਭ ਸੰਸਾਰੀ। ਅਗਰ ਹਰ ਮਨੁੱਖ 10-20-30-40 ਸਾਲ ਤੋਂ ਧਾਰਮਿਕ ਕਰਮ ਕਰ ਰਿਹਾ, ਜਿਹਨੂੰ ਉਹ ਧਾਰਮਿਕ ਕਰਮ ਕਹਿੰਦਾ, ਅਤੇ ਅਜੇ ਤੱਕ ਵੀ ਪ੍ਰਭੂ ਦੀ ਝਲਕ ਨਹੀਂ ਮਿਲੀ, ਕੁਝ ਰਸ ਨਹੀਂ ਬਣਿਆ, ਤਾਂ ਫਿਰ ਮੈਨੂੰ ਕਹਿਣ ਦੇਣਾ ਕਿ ਕੋਈ ਕਰਮ ਧਾਰਮਿਕ ਨਹੀਂ ਹੋਇਆ, ਸਭ ਸੰਸਾਰੀ ਹੋਏ। ਕਿਆ ਪਰਮਾਤਮਾ ਨੂੰ ਮਿਲਣ ਲਈ 30-40 ਸਾਲ ਲੱਗ ਜਾਂਦੇ ਨੇ, ਕਈ ਜਨਮ ਲੱਗ ਜਾਂਦੇ ਨੇ? ਨਹੀਂ, ਇੱਕ ਸੈਕਿੰਡ ਦੇ 'ਚ ਮਿਲਣਾ। ਇੱਕ ਜਿੱਤ ਜੈ ਇੱਕ ਛਿੰਨ ਧਿਆਇਓ, ਇਤਨਾ ਛੇਤੀ ਜਗਤ ਵਿੱਚ ਕੁਛ ਵੀ ਨਹੀਂ ਮਿਲ ਸਕਦਾ। ਇੱਕ ਬਹੁਤ ਵੱਡਾ ਮਕਾਨ ਬਣਾਉਣਾ ਹੈ, ਕਿਆ ਇੱਕ ਛਿੰਨ ਇੱਕ ਸੈਕਿੰਡ ਹੈ, ਇੱਕ ਸੈਕਿੰਡ ਦੇ 'ਚ ਬਣਾ ਸਕਦੇ ਹਾਂ? ਕਿਆ ਇੱਕ ਸੈਕਿੰਡ ਵਿੱਚ ਲੰਬੀ ਯਾਤਰਾ ਕਰ ਸਕਦੇ ਹਾਂ? ਕਿਆ ਇੱਕ ਸੈਕਿੰਡ ਵਿੱਚ ਬਹੁਤ ਵੱਡੀ ਵਿੱਦਿਆ ਹਾਸਲ ਕਰ ਸਕਦੇ ਹਾਂ, ਡਿਗਰੀਆਂ ਲੈ ਸਕਦੇ ਹਾਂ, PhD ਕਰ ਸਕਦੇ ਹਾਂ? ਕਿਆ ਇੱਕ ਸੈਕਿੰਡ ਦੇ 'ਚ ਕੋਈ ਬਹੁਤ ਵੱਡਾ ਕਾਰੋਬਾਰ ਕਰ ਸਕਦੇ ਹਾਂ ਇੱਕ ਸੈਕਿੰਡ ਦੇ 'ਚ? ਸੰਸਾਰ ਦਾ ਕੰਮ ਸਮਾਂ ਮੰਗਦਾ ਹੈ, ਨਿਰੰਕਾਰ ਦਾ ਕੰਮ ਤਾਂ ਸਮੇਂ ਤੋਂ ਬਾਹਰ ਹੈ, ਇੱਕ ਸੈਕਿੰਡ 'ਚ ਆਉਂਦਾ, ਅਕਾਲ ਹੈ ਇੱਕ ਸੈਕਿੰਡ ਦੇ 'ਚ, ਇੱਕ ਛਿੰਨ ਦੇ 'ਚ। ਨਿਰਵਾਣ ਕੀਰਤਨ ਗਾਓ ਕਰ ਤੇ ਕਾ ਨਿਮਕ ਸਿਮਰਤ, ਨਿਮਕ ਕੀਰਤਨ, ਇੱਕ ਸੈਕਿੰਡ ਦਾ ਕੀਰਤਨ ਸਾਰੇ ਬੰਧਨਾਂ ਨੂੰ ਤੋੜ ਦੇਵੇਗਾ, ਸਾਰੇ ਦੁੱਖਾਂ ਨੂੰ ਤੋੜ ਦੇਵੇਗਾ। ਇਹਨੂੰ ਕਿਧਰੇ ਅਤ ਕਥਨੀ ਨਾ ਸਮਝ ਲੈਣਾ, ਸਤਿਗੁਰ ਦੇ ਬੋਲ ਮੈਂ ਤੁਹਾਨੂੰ ਸਰਵਨ ਕਰਾ ਰਿਹਾ। ਕੀਰਤਨ ਇੱਕ ਨਿਮਕ ਦਾ ਮੁਕਤ ਕਰ ਦੇਗਾ, ਇੱਕ ਸੈਕਿੰਡ ਦਾ। ਨਿਰਵਾਣ ਕੀਰਤਨ ਗਾਓ ਕਰ ਤੇ ਕਾ ਨਿਮਕ ਸਿਮਰਤ ਜਿੱਤ ਛੋਟੇ, ਇੱਕ ਸੈਕਿੰਡ ਦਾ ਕੀਰਤਨ ਸਾਰੇ ਬੰਧਨਾਂ ਤੋਂ ਛੁਡਾ ਦੇਗਾ, ਜਨਮ ਮਰਨ ਤੋਂ ਛੁਡਾ ਦੇਗਾ, ਸਾਰੇ ਪਾਪਾਂ ਤੋਂ ਛੁਡਾ ਦੇਗਾ, ਜਨਮਾਂ ਜਨਮਾਂਤਰਾਂ ਦੇ ਕੀਤੇ ਕਰਮਾਂ ਦੇ ਬੰਧਨਾਂ ਤੋਂ ਛੁਡਾ ਦੇਗਾ, ਇੱਕ ਸੈਕਿੰਡ। ਕੋਈ ਜਨਮ ਜਨਮ ਨਹੀਂ ਲੱਗਦੇ, ਕੋਈ 30-40-50-60 ਸਾਲ ਨਹੀਂ ਲੱਗਦੇ। ਇਹ ਯਾਤਰਾ ਹੁੰਦੀ ਤਾਂ ਇੱਕ ਸੈਕਿੰਡ ਦੇ 'ਚ ਹੈ, ਇੱਕ ਸੈਕਿੰਡ ਦੇ 'ਚ। ਲੇਕਿਨ ਮਨੁੱਖ ਦੇ ਕਈ ਜਨਮ ਲੱਗ ਜਾਂਦੇ ਨੇ, ਕਿਉਂ? ਉਹ ਧਰਮ ਦੇ ਨਾਂ 'ਤੇ ਜਿਤਨੇ ਕਰਮ ਕਰ ਰਿਹਾ ਹੁੰਦਾ ਅਤੇ ਸਮਝਦਾ ਮੈਂ ਧਾਰਮਿਕ ਕਰਮ ਕਰ ਰਿਹਾ, ਉਹ ਧਾਰਮਿਕ ਕਰਮ ਨਹੀਂ ਨੇ। ਕੀ ਹੋਇਆ, ਕਥਾ ਕਰ ਰਿਹਾ, ਕੀਰਤਨ ਕਰ ਰਿਹਾ, ਪਾਠ ਕਰ ਰਿਹਾ, ਪੂਜਾ ਕਰ ਰਿਹਾ, ਕੀ ਹੋਇਆ, ਗੁਰਦੁਆਰੇ ਜਾ ਰਿਹਾ, ਮੰਦਰ ਜਾ ਰਿਹਾ? ਥੋੜ੍ਹਾ ਜਿਹਾ ਮੈਂ ਕੁਝ ਹੋਰ ਖੁੱਲ੍ਹ ਕੇ ਕਿਹਾ ਤਾਂ ਹੋ ਸਕਦਾ ਹੈ ਕੱਚੀ ਸ਼ਰਧਾ ਵਾਲਿਆਂ ਨੂੰ ਸੱਟ ਲੱਗੇ, ਇਤਨਾ ਹੀ ਕਾਫੀ। ਭਗਤ ਕਬੀਰ ਤਾਂ ਇੱਥੇ ਤੱਕ ਕਹਿੰਦੇ ਨੇ, ਉਹ ਜ਼ਰਾ ਇੰਝ ਕਹਿ ਲਓ, ਉਹਨਾਂ ਦੇ ਬੋਲ ਆਪਣੇ ਢੰਗ ਦੇ ਨੇ। ਗੁਰੂ ਨਾਨਕ ਇਸ਼ਾਰਿਆਂ ਦੀ ਭਾਸ਼ਾ ਵਰਤਦੇ ਨੇ, ਇਸ਼ਾਰਿਆਂ ਨਾਲ ਸਮਝਾਈਏ। ਅਤੇ ਕਬੀਰ ਕਹਿੰਦੇ ਨੇ, ਇਸ਼ਾਰਿਆਂ ਨਾਲ ਸਮਝਣ ਵਾਲੇ ਨੇ, ਇਹ ਲੱਠ ਮਾਰੀਏ ਤਾਂ ਸਮਝਣਗੇ। ਇਸ ਤਰ੍ਹਾਂ ਕਬੀਰ ਇਸ ਤਰ੍ਹਾਂ ਸਮਝਾਉਂਦੇ ਨੇ। ਦੇਖੋ, ਕੁਛ ਬੰਦੇ ਸੁੱਤੇ ਇਸ ਤਰ੍ਹਾਂ ਆਉਂਦੇ ਨੇ, ਹਲਕੀ ਜਿਹੀਆਂ ਖੜਾ ਕੋਈ ਜਾਗ ਪੈ, ਮਾਮੂਲੀ ਜਿਹੀ। ਭਰਤਰੀ ਤਾਂ ਇੱਥੇ ਤੱਕ ਕਹਿੰਦੇ ਨੇ, ਐ ਪਵਨ ਤੂੰ ਆਹਿਸਤਾ ਚੱਲ, ਧੀਮੀ ਚੱਲ, ਤੇਰਾ ਜ਼ੋਰ ਦਾ ਵੇਗ ਮੈਨੂੰ ਪੂਰਨ ਜਾਗਰੀ ਤੋਂ ਤੋੜ ਕੇ ਸੁਲਾ ਦਿੰਦਾ। ਹੈਰਾਨਗੀ,
ਜਿਉਂ ਸਪਰਸ਼ ਕਰ ਦੀਏ ਪਵਨ ਜ਼ੋਰ ਦੀ, ਮੇਰੀ ਸੁਰਤ ਜੁੜੀ ਹੋਈ ਟੁੱਟ ਜਾਂਦੀ ਹੈ। ਇੰਨੀ ਬਾਰੀਕ ਦੁਨੀਆ ਦਾ ਉਹ ਮਾਲਿਕ ਹੋ ਗਿਆ। ਕਿਸੇ ਦੀ ਇਹ ਸਰੀਰਕ ਨੀਂਦ ਪਵਨ ਦੇ ਝੌਂਕੇ ਨਾਲ ਵੀ ਟੁੱਟ ਸਕਦੀ ਹੈ। ਮਾੜੀ ਜਿਹਾ ਕਿਧਰੇ ਖੜਾਕ ਆਵਾਜ਼ ਹੋਈ, ਜਾਗ ਪਿਆ। ਪਰ ਕੁਛ ਐਸੇ ਹੁੰਦੇ ਨੇ ਇਸ ਤਰ੍ਹਾਂ ਨਹੀਂ ਜਾਗਦੇ, ਹਿਲਾਉਣਾ ਪੈਂਦਾ, ਆਵਾਜ਼ ਵੀ ਕਰਨੀ ਪੈਂਦੀ ਹੈ, ਹਿਲਾਉਣਾ ਪੈਂਦਾ। ਹਜ਼ੂਰ ਸਾਹਿਬ ਵਿੱਚ ਮੈਂ ਦੇਖਿਆ, ਇੱਕ ਦਿਨ ਦੇਖਿਆ ਮੈਂ ਕਿ ਚਲੋ ਇੱਕ ਦਿਨ ਦੀ ਇਹ ਗੱਲ ਹੋਵੇਗੀ, ਪਰ ਮੈਂ ਤਿੰਨ ਦਿਨ ਦੇਖਿਆ ਬਾਬਾ ਹਰਨਾਮ ਸਿੰਘ ਜੀ ਲੰਗਰ ਦੇ ਸੁੱਤੇ ਦੇ ਉੱਤੇ ਪਾਣੀ ਦੇ ਛਿੱਟੇ ਮਾਰਦੇ ਸਨ। ਲੋਟੇ 'ਚ ਪਾਣੀ ਲਿਆਉਣਾ ਅਤੇ ਇੰਝ ਪਾਉਣਾ ਔਰ ਪਾਉਂਦੇ ਜਾਣਾ। ਅਤੇ ਮੈਂ ਕਿਹਾ ਬਾਬਾ ਜੀ ਇਹ ਆਵਾਜ਼ ਨਾਲ ਜਾਗ ਸਕਦਾ ਹੈ, ਖੜਾਕ ਆਵਾਜ਼ ਦੇ ਦਿਉ। ਕਹਿੰਦੇ ਕਮਬਖਤ ਇਹ ਆਵਾਜ਼ਾਂ ਨਾਲ ਜਾਗਦਾ ਅਤੇ ਮੈਨੂੰ ਇਹ ਕੰਮ ਕਰਨਾ ਪੈਂਦਾ, ਨਹੀਂ ਜਾਗਦਾ, ਗਲਾ ਫਾੜ ਫਾੜ ਕੇ ਵੀ ਆਵਾਜ਼ ਦੇ ਨਹੀਂ ਜਾਗਦਾ, ਤਾਂ ਮੈਂ ਪਾਣੀ ਪਾਉਂਦਾ। ਕਬੀਰ ਕਹਿੰਦੇ ਨੇ ਕਈ ਤਾਂ ਪਾਣੀ ਦੇ ਛਿੱਟਿਆਂ ਨਾਲ ਵੀ ਨਹੀਂ ਜਾਂਦੇ, ਸੋਟਾ ਸਿਰ 'ਤੇ ਮਾਰੋ ਤਾਂ ਜਾਗਦੇ। ਕਹੋ ਕਬੀਰ ਤਵੇ ਨਰ ਜਾਗੇ, ਜਮਕਾ ਡੰਡ ਮੂੰਡ ਮੈਂ। ਮੌਤ ਦਾ ਸੋਟਾ ਜਦ ਸਿਰ 'ਤੇ ਆ ਕੇ ਲੱਗਦਾ ਹੈ, ਉਦੋਂ ਪਸ਼ਚਾਤਾਪ ਹੈ ਤਾਂ ਸਭ ਕੁਛ ਗਿਆ ਜਿਹਦੀ ਖਾਤਰ ਮੈਂ ਜ਼ਿੰਦਗੀ ਬਤੀਤ ਕੀਤੀ। ਮੌਤ ਅੰਤਿਮ ਸਮੇਂ ਹਰ ਇੱਕ ਨੂੰ ਜਗਾਉਂਦੀ ਹੈ, ਪਾਪੀ ਨੂੰ ਵੀ ਜਗਾ ਦਿੰਦੀ ਹੈ, ਦੁਸ਼ਟ ਨੂੰ ਵੀ ਜਗਾ ਦਿੰਦੀ ਹੈ। ਕਿਉਂ? ਮੌਤ ਇੱਕ ਹਾਦਸਾ ਹੈ, ਮੌਤ ਇੱਕ ਬਹੁਤ ਵੱਡੀ ਸਰਜਰੀ ਹੈ। ਸਰੀਰ ਦੇ 'ਚੋਂ ਸਾਰੇ ਪ੍ਰਾਣ ਕੱਢਣੇ, ਜੀਵਨ ਚੇਤਨਾ ਨੂੰ ਕੱਢ ਕੇ ਕਿਸੇ ਹੋਰ ਸਰੀਰ ਦੇ 'ਚ ਪਾਉਣਾ, ਇਹ ਪ੍ਰਕਿਰਤੀ ਬਹੁਤ ਵੱਡਾ ਓਪਰੇਸ਼ਨ ਕਰਦੀ ਹੈ, ਦੁਨੀਆ ਦਾ ਕੋਈ ਸਰਜਨ ਨਹੀਂ ਕਰ ਸਕਦਾ। ਇਹ ਬਹੁਤ ਵੱਡੀ ਸਰਜਰੀ ਹੈ, ਇਹ ਬਹੁਤ ਵੱਡਾ ਓਪਰੇਸ਼ਨ ਹੈ, ਔਰ ਇਹ ਪ੍ਰਕਿਰਤੀ ਕਰਦੀ ਹੈ, ਪ੍ਰਭੂ ਦਾ ਬਣਾਇਆ ਹੋਇਆ ਨਿਯਮ ਕਰਦਾ। ਇੱਕ ਸਰੀਰ ਦੇ 'ਚੋਂ ਪ੍ਰਾਣ ਕੱਢਣੇ ਨੇ, ਸਾਰੇ ਹੀ ਸਰੀਰ ਦੇ 'ਚੋਂ, ਇਸ ਸਰੀਰ ਦੇ 'ਚੋਂ ਜੀਵ ਨੂੰ ਕੱਢਣਾ ਹੈ, ਦੂਸਰੇ ਸਰੀਰ ਦੇ 'ਚ ਪਾਉਣਾ ਹੈ। ਜੈਸੇ ਕੋਈ ਡਾਕਟਰ ਸਾਇੰਟਿਸਟ ਕਿਸੇ ਸਰੀਰ ਦਾ ਇੱਕ ਅੰਗ ਕੱਢ ਕੇ ਦੂਸਰੇ ਦੇ ਸਰੀਰ ਦੇ 'ਚ ਪਾਉਂਦਾ ਹੈ, ਸਾਰੇ ਸਰੀਰ ਦੇ 'ਚੋਂ ਜੀਵਨ ਚੇਤਨਾ ਕੱਢ ਕੇ, ਪ੍ਰਾਣ ਕੱਢ ਕੇ ਦੂਜੇ ਸਰੀਰ ਦੇ 'ਚ ਪਾਉਣੇ ਨੇ। ਡਾਕਟਰ ਓਪਰੇਸ਼ਨ ਕਰਨ ਲੱਗਿਆਂ ਬੇਹੋਸ਼ ਕਰ ਦਿੰਦਾ ਹੈ, ਪ੍ਰਕਿਰਤੀ ਵੀ ਮਰਨ ਲੱਗਿਆਂ ਮਨੁੱਖ ਨੂੰ ਬੇਹੋਸ਼ ਕਰ ਦਿੰਦੀ ਹੈ। ਨਹੀਂ ਤਾਂ ਉਹ ਦਰਦ ਅਸਹਿ ਹੈ, ਉਹ ਪੀੜਾ ਇਤਨੀ ਵੱਡੀ ਹੈ ਮਨੁੱਖ ਨਹੀਂ ਸਹਿ ਸਕਦਾ। ਸਾਰੇ ਸਰੀਰ 'ਚੋਂ ਪ੍ਰਾਣ ਕੱਢਣੇ ਨੇ, ਕਿਤਨੀ ਪੀੜਾ ਆਉਂਦੀ ਹੋਵੇ, ਉਸ ਪੀੜਾ ਦੇ 'ਚ ਮਨੁੱਖ ਤੜਪੇ ਨਾ, ਬਿਲਖੇ ਨਾ, ਪ੍ਰਕਿਰਤੀ ਉਸਨੂੰ ਬੇਹੋਸ਼ ਕਰ ਦਿੰਦੀ ਹੈ। ਇਹ ਪ੍ਰਭੂ ਦਾ ਨਿਯਮ ਹੀ ਉਸਨੂੰ ਬੇਹੋਸ਼ ਕਰ ਦਿੰਦਾ ਹੈ, ਕਲੋਰੋ ਫਾਰਮ ਸੁੰਘਾਉਣ ਦੀ ਲੋੜ ਨਹੀਂ ਹੈ, ਕੋਈ ਸੁੰਨ ਕਰਨ ਦਾ ਟੀਕਾ ਲਾਉਣ ਦੀ ਲੋੜ ਨਹੀਂ, ਪ੍ਰਕਿਰਤੀ ਸੁੰਨ ਕਰ ਦਿੰਦੀ ਹੈ। ਲੇਕਿਨ ਜੈਸੇ ਸੁੰਨ ਹੋਣ ਲੱਗਦਾ ਹੈ ਅਤੇ ਮਹਿਸੂਸ ਹੋਣ ਲੱਗਦਾ ਹੈ ਮੌਤ, ਸਰੀਰ ਜਾ ਰਿਹਾ, ਉਦੋਂ ਥੋੜ੍ਹੀ ਜਿਹੀ ਜਾਗਰਤੀ ਪੈਦਾ ਹੁੰਦੀ ਹੈ, ਹੈ ਜੀਵਨ ਤਾਂ ਅਜਾਈ ਚਲਾ ਗਿਆ, ਖਾਲੀ ਜਾ ਰਿਹਾ, ਪਸ਼ਚਾਤਾਪ ਪੈਦਾ ਹੁੰਦਾ। ਪਰ ਉਹ ਜੋ ਪਸ਼ਚਾਤਾਪ ਪੈਦਾ ਹੁੰਦਾ ਹੈ, ਉਸ ਤੋਂ ਕੋ ਸਵਾਰ ਸਕੇ, ਬਣਾ ਸਕੇ, ਸਮਾਂ ਹੀ ਕੋਈ ਨਹੀਂ, ਹੁਣ ਵਕਤ ਹੀ ਕੋਈ ਨਹੀਂ। ਤੋ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਤੂੰ ਜੀਵਦਿਆਂ ਜੀ ਮੌਤ ਕਬੂਲ ਕਰ ਲੈ, ਜੇਸੇ ਤੂੰ ਜੀਵਦਿਆਂ ਜੀ ਮੌਤ ਕਬੂਲ ਕਰੇਗਾ, ਮੌਤ ਨਹੀਂ ਤੈਨੂੰ ਜਗਾ ਦੇਣਾ। ਸੈਂਕੜੇ ਦਫ਼ਾ ਜਪਜੀ ਸਾਹਿਬ ਦੇ ਤੂੰ ਪਾਠ ਕੀਤੇ ਮੌਤ ਨੂੰ ਬੁਲਾ ਕੇ, ਰੋਜ਼ ਰੋਜ਼ ਕੀਰਤਨ ਤੋਂ ਸੁਣਿਆ ਮੌਤ ਨੂੰ ਬੁਲਾ ਕੇ,
रोज़ रोज़ तू पाठ कीता, मौत नू बुला के मैं किड़ा मरना है, जगत मरेगा, कुछ भी नहीं होवेगा, कुछ भी नहीं होगा। सोटा जगांदा है, मौत दा सोटा जगांदा है। कहो कबीर तब है नर जागे, जम का डंड मूंड में लागे, सिर दिच आके डंडा लगे है मौत दा। जागे है पर हुण जागण तो कुछ सफलता हासिल करे, कुछ कर सके, समय ही कोई नहीं, हुण वक्त ही नहीं रहा। जीवदियां जी ओही मौत जो अंतिम समय आउंदी है कबूल कर लेवे, जिंदगी बदल जाएगी, जाग जाएगा, सुचेत हो जाएगा। जद भी कोई मनुख जागे है काल दे भय करके, और जद भी कोई मनुख पहुंचे है फिर अकाल दे पहुंचे है। काल दा दंड, काल दी चोट अकाल दे प्रवेश करा देंदी है। सुतियां सुतियां पदार्थां दे तल ते जागे होया है, परमात्मा दे तल ते ते सुत्ता होया है, अर्ध चेतन अद्धा सुत्ता होया है। इस वास्ते हुणे जो कुछ भी करेगा पदार्थां वास्ते करेगा, इहदी कामना जिहड़ी होवेगी जा रहा है तीर्थां ते। अजमेर शरीफ दे गुरमत समागम से असी सारे 10-15 रागी जथे गुणी जन सारे पहुंचे से। प्रबंधक कहन लगे इत्थों दी सब तो वड्डी दरगाह, उर्स दे उत्ते कम से कम 15-20 लख मुसलमान इकट्ठा हुंदा है। पाकिस्तान तो आउंदे ने, अरब देशां तो आउंदे ने, इंडोनेशिया मलेशिया तो आउंदे ने, भारत दे सारे कोने कोने तो उर्स ते पहुंचदे ने। 7 दिन उर्स लगदा है। थानू दिखा लिया ही है, मैं कई दफ़ा देखी है, सारिया नू तुसी दिखा लिया और उस सारे मैनू भी खिंच के ले। उत्थे जेड़ा जांदा है ना फिर दुआ करदा है, दुआ दू मुराद अरदास। मजौर मैनू कहन लगा मस्कीन जी कुछ मंगो, दुआ करो मंगो। कोई धन मंगता है, कोई पुत मंगता है, कोई रुतबा मंगता है, कोई कुछ मंगता है, कोई कुछ मंगता है। मंगो मंगो। मैं कह बंदा कारखाने च जांदा है, दुकान ते जांदा है, संसार दी कामना करके जांदा है, दफ्तर दे जा रहा है, कार विहार कर रहा है, ते इत्थे भी इसे कामना नाल आया है कोई मनुख, तो बड़िया बड़िया दरगाहां भी दुकान ही बन जाएगियां और कुछ भी नहीं। बड़े बड़े तीर्थ भी दुकान बन जाएंगे, बड़े बड़े मंदिर भी दुकान बन जाएंगे। पता चलता है धन गुरु अर्जन देव जी महाराज ने फरमान किया है, मिट्यो अंधेर, जागदिया अंधेरा मिटदा है, सुत्या ते अंधेर है, सुत्या ते कोई संबंध नहीं। मिट्यो अंधेर मिलत हर नानक, जन्म जन्म की सोई जाग। कोई जन्मां दी सुती पई है जीवन चेतना, कोई अज दी, कोई एक दिन दे। इस वास्ते साहिब कहिंदे ने जागत सोया जन्म गवाया, जिंदगी गवा दित्ती। ये राजनीति दे प्रति जागया होया है, धर्म नीति दे प्रति सुता होया है। ये पदार्थां दे प्रति, रूप रंग दे प्रति, हुसन दे प्रति जागया होया है, वो महासुंदर जो परमात्मा है उहदे प्रति सुत्ता होया है। तो इस तरह दा ख्याल मेरे पातशाह ने इस पावन पवित्र वाक दे च दित्ता है। खोलण वास्ते शब्द की व्याख्या शब्द कर देना, पंक्तियां की व्याख्या पंक्तियां कर देना। परमात्मा नाल संबंध जुड़ गया है, असी जागे होया, कहण देना मैनू नहीं संबंध जुड़िया सुते होया। परमात्मा क्यों नहीं मिलता, क्यों नहीं मिलता, इस तरह के आम प्रश्न आते हैं, तो मैं सांझे रूप में कह दिया, कोई व्यक्ति कल्ला आवे तो उसनू मैं किवें कहवां बे तू सुता पिया, सुता पिया, चोट लगती है, इहदे नाल चोट लगती है।
ਸਹੁੰ ਕੇ ਸੰਬੰਧ ਟੁੱਟ ਜਾਂਦੇ ਨੇ। ਕੀਰਤਨ, ਵਾਹਿਗੁਰੂ ਮੰਤਰ ਦਾ ਜਪ, ਕਥਾ, ਸਤਸੰਗ ਉਸ ਸੁੱਤੀ ਹੋਈ ਚੇਤਨਾ ਨੂੰ ਜਗਾਉਣ ਵਾਸਤੇ ਨੇ, ਜਿਵੇਂ ਖੜਾਕ ਨਾਲ ਮਨੁੱਖ ਜਾਗਦਾ ਹੈ, ਇਸ ਤਰ੍ਹਾਂ ਕਥਾ ਕੀਰਤਨ ਨਾਲ ਜਾਗੇਗਾ। ਹੁਣ ਫਿਰ ਸੁਣ ਲੈਣਾ, ਕਥਾ ਕੀਰਤਨ ਵੀ ਕਿਸ ਨੂੰ ਜਗਾਏਗੀ, ਇਹ ਵਾਹਿਗੁਰੂ ਦਾ ਜਪ ਵੀ ਕਿਸ ਨੂੰ ਜਗਾਏਗਾ? ਉਸ ਨੂੰ ਜਗਾਏਗਾ ਜਿਹੜਾ ਪਹਿਲੇ ਮੌਤ ਕਬੂਲ ਕਰੇਗਾ, ਦੂਜੇ ਨੂੰ ਨਹੀਂ ਜਗਾਏਗਾ। ਪਹਿਲਾ ਮਰਨ ਕਬੂਲ, ਜੀਵਨ ਕੀ ਛੜਾਸ, ਮੌਤ ਨੂੰ ਪਹਿਲੇ ਕਬੂਲ ਕਰ ਲਏ ਅਤੇ ਵਾਹਿਗੁਰੂ ਵਾਹਿਗੁਰੂ ਜਪ, ਮਰਨਾ ਪਹਿਲੇ ਕਬੂਲ ਕਰ ਲਏ ਫਿਰ ਕੀਰਤਨ ਸੁਣਨ ਜਾ, ਮਰਨਾ ਪਹਿਲੇ ਕਬੂਲ ਕਰ ਲਏ ਫਿਰ ਪਾਠ ਕਰ, ਫਿਰ ਦਾਨ ਕਰ, ਫਿਰ ਸੇਵਾ ਕਰ, ਫਿਰ ਲੰਬੀ ਚੌੜੀ ਗੱਲ ਕੀ, ਸ਼ਾਇਦ ਇੱਕ ਦਿਨ ਦੀ ਸੇਵਾ ਹੀ ਤੈਨੂੰ ਜਗਾ ਦੇ। ਇੱਕ ਦਫਾ ਦਾ ਆਖਿਆ ਹੋਇਆ ਵਾਹਿਗੁਰੂ ਤੈਨੂੰ ਜਗਾ ਦੇਵੇ, ਮੌਤ ਤੈਨੂੰ ਕਬੂਲ ਨਹੀਂ, ਸਾਰਾ ਜ਼ਿੰਦਗੀ ਭੱਜਦਾ ਰਹੇ ਅਤੇ ਦੌੜਦਾ ਰਹੇ, ਉੱਥੇ ਕੀਰਤਨ ਸੁਣਨਾ, ਉੱਥੇ ਕੀਰਤਨ ਸੁਣਨਾ, ਚੰਗੀ ਗੱਲ ਹੈ, ਚੰਗੀ ਗੱਲ ਹੈ, ਪਰ ਮੌਤ ਨੂੰ ਕਬੂਲ ਕਰਕੇ ਜਾਇਆ ਕਰ। ਤੋ ਹਾਵ ਹਮਾਰੇ ਪਾਸ, ਪਹਿਲਾ ਮਰਨ ਕਬੂਲ, ਜੀਵਨ ਕੀ ਛੜਾਸ, ਹੋਏ ਸਬਨ ਕੀ ਰੇਨ ਕਾ, ਤੋ ਆਓ ਹਮਾਰੇ ਪਾਸ। ਇਸ ਪਾਵਨ ਪਵਿੱਤਰ ਵਾਕ ਵਿੱਚ ਇਸ ਤਰ੍ਹਾਂ ਦੇ ਜੋ ਖਿਆਲ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਦਿੱਤੇ ਨੇ, ਜਿਸ ਤੋਂ ਪ੍ਰੇਰਿਤ ਹੋ ਕੇ ਮੈਂ ਇਤਨੀਆਂ ਵਿਚਾਰਾਂ ਆਪ ਨੂੰ ਸਰਵਨ ਕਰਾਈਆਂ ਨੇ, ਹੁਣ ਆਪ ਉਹਨਾਂ ਮਹਾਂਵਾਕਾਂ ਨੂੰ ਜੋ ਸਲੋਕ ਅਤੇ ਪੌੜੀ ਦੇ ਰੂਪ ਦੇ ਨੇ ਸਰਵਨ ਕਰੋ। ਅਖਰੀ ਅਰਥ ਦਾਸ ਆਪ ਜੀ ਦੇ ਸਾਹਮਣੇ ਰੱਖੇ, ਇੱਕ ਦਫ਼ਾ ਪਿਆਰ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ। ਸਲੋਕ ਅਣਕ ਲੀਲਾ ਰਾਜ ਰਸ ਰੂਪੰ, ਛਾਤਰ ਚਾਮਰ ਤਖਤ ਆਸਨੰ। ਅਰਧ ਜਾਗਿਆ ਹੋਇਆ ਮਨੁੱਖ ਅਤੇ ਸਾਰੀ ਸ਼ਕਤੀ ਜਿਨ੍ਹਾਂ ਚੀਜ਼ਾਂ ਦੀ ਪ੍ਰਾਪਤੀ ਲਈ ਲਾਂਦਾ ਹੈ, ਦੌੜਦਾ ਹੈ, ਵੱਜਦਾ ਹੈ, ਉਹਦੇ 'ਚ ਸਭ ਤੋਂ ਵੱਡੀ ਹੈ ਰਾਜ ਲੀਲਾ। ਤਖਤ ਹੈ, ਸਿੰਘਾਸਣ ਹੈ, ਉੱਪਰ ਚੌਰ ਹੋ ਰਹੀ ਹੈ, ਪ੍ਰਾਚੀਨ ਕਾਲ ਤੋਂ ਇਹ ਚੌਰ ਰਾਜੇ ਮਹਾਰਾਜੇ ਬਾਦਸ਼ਾਹਾਂ 'ਤੇ ਹੁੰਦੀ ਸੀ, ਕੋਈ ਮੱਖੀ ਨਾ ਬੈਠੇ, ਕੋਈ ਮੱਛਰ ਸਾਹਮਣੇ ਨਾ ਆਵੇ, ਇਸ ਵਾਸਤੇ ਸੀ। ਫਿਰ ਇਹ ਸਿੰਘਾਸਣ ਦਾ ਪ੍ਰਤੀਕ ਬਣ ਗਈ, ਜੋ ਸਿੰਘਾਸਣ 'ਤੇ ਬੈਠੇ ਆ ਉਸ 'ਤੇ ਚੌਰ ਹੁੰਦੀ ਰਹੇਗੀ, ਹੁੰਦੀ ਰਹੇਗੀ। ਤਖਤ ਦੇ ਨਾਲ ਚੌਰ ਜੁੜ ਗਏ। ਮਹਾਰਾਜ ਕਹਿੰਦੇ ਨੇ ਰਾਜ ਲੀਲਾ ਹੈ, ਧਨ ਸੰਪਦਾ ਹੈ, ਧਨ ਦੇ ਰੂਪ ਆਦਿ ਕਾਲ ਤੋਂ ਬਦਲਦੇ ਰਹੇ ਨੇ, ਮਾਇਆ ਦੇ ਅਨੇਕਾਂ ਰੂਪ ਨੇ। ਪਹਿਲੇ ਗੋ ਧਨ, ਗੋਸਵਾਮੀ, ਗੋਸਵਾਮੀ ਤੋਂ ਮੁਰਾਦ ਗਊਆਂ ਦਾ ਮਾਲਕ, ਗੋ ਧਨ। ਅੱਜ ਵੀ ਇਹ ਲਕਬ ਕਈਆਂ ਨਾਲ ਜੁੜਿਆ ਹੋਇਆ, ਬਲਕਿ ਕਾਸਟ ਬਣ ਗਈ ਹੈ, ਜ਼ਾਤ ਬਣ ਗਈ, ਗੋਸਵਾਮੀ। ਤੁਲਸੀਦਾਸ ਨੂੰ ਵੀ ਗੋਸਵਾਮੀ ਕਹਿੰਦੇ ਨੇ, ਗੋਸਵਾਮੀ, ਗਊਆਂ ਦਾ ਮਾਲਕ। ਧਨਵਾਨ ਉਸਨੂੰ ਗਿਣਦੇ ਸਨ ਜਿਹਦੇ ਕੋਲ ਜਿਤਨੀਆਂ ਲਵੇਰੀ ਗਊਆਂ ਜ਼ਿਆਦਾ ਹਨ। ਇਹ ਤਾਂ ਬਈ ਚੋਟੀ ਦਾ ਧਨਵਾਨ ਹੈ, ਗਊ ਧਨ ਇਹਦੇ ਕੋਲ ਹੈ, ਗਜ ਧਨ, ਅਸ਼ਵ ਧਨ, ਫਿਰ ਹਾਥੀ ਧਨ ਬਣੇ, ਘੋੜੇ ਧਨ ਬਣੇ, ਸਹਿਜੇ ਸਹਿਜੇ ਵਿਕਾਸ ਹੋਇਆ, ਫਿਰ ਭੂਮੀ ਧਨ ਬਣ ਗਈ, ਜ਼ਮੀਨ ਧਨ ਬਣ ਗਈ, ਫਿਰ ਅੰਨ ਧਨ ਬਣ ਗਿਆ। ਧਨ ਦੇ ਇਹ ਭਾਰ ਵੱਡੇ ਰੂਪ ਵਿੱਚ ਇੱਕ ਜਗ੍ਹਾ ਤੋਂ ਦੂਜੇ ਜਗ੍ਹਾ ਲੈ ਜਾਣੇ ਔਖੇ ਹੋਏ, ਤੋ ਬਾਦਸ਼ਾਹਤ ਅਤੇ ਰਾਜਨੀਤੀ ਦਾ ਜਨਮ ਹੋਇਆ, ਫਿਰ ਸਿੱਕੇ ਚਲੇ, ਅੱਜ ਕਰੰਸੀ ਨੋਟ ਨੇ, ਲੇਕਿਨ ਪਹਿਲੇ ਗਊ ਧਨ, ਗਜ ਧਨ, ਅਸ਼ਵ ਧਨ, ਭੂਮੀ ਧਨ, ਅੰਨ ਧਨ, ਇਹ ਸੀ, ਇਹ ਸਾਰਾ ਸੀ। ਫਿਰ ਧਾਤੂਆਂ ਨੂੰ ਧਨ ਦਾ ਰੂਪ ਦਿੱਤਾ ਗਿਆ, ਕੰਚਨ ਹੈ, ਚਾਂਦੀ ਹੈ, ਤਾਂਬਾ ਹੈ, ਫਿਰ ਅਗਾਂਹ ਚੱਲ ਕੇ ਤਾਂਬੇ ਅਤੇ ਲੋਹੇ ਦੇ ਸਿੱਕੇ, ਫਿਰ ਇਹ ਕਰੰਸੀ ਨੋਟ।
धन दे ए रूप वक वक जो है बदलते रहे। महाराज इतने कहते हैं बहुत वड्डी राजलीला है, तखत है, चौर है, धन है, संपदा है, हर तरह का रूप रंग कौल है, हर तरह के इंद्रिया के रस जो है कौल ने। हाँ जी, रचंत मूड अज्ञान अंध नानक सुपन मनोरथ माया। इन्हां देश जो रचिया होया है खचित है, अज्ञानी है, अंधा है। ज्ञान किसदा होंदा है? जिस दे प्रति मनुख जागया होया उसे दा ही ज्ञान है। परिवार दे प्रति जागया होया तो परिवार दा ज्ञान है, धन दे प्रति जागया होया तो सानू धन दा ज्ञान है, धर्म दे प्रति सुते होया तो धर्म दे तल दा अज्ञान है। जिन्हां जिन्हां नूं भी असीं धार्मिक कहिंदे आं, बड़ा धार्मिक है, बड़ा धार्मिक है, इस पैमाने नाल नापोगे जो गुरबाणी कहिंदी है, कोई धार्मिक नहीं है। ये भी मैं अर्ज़ करदे आं, और इस पैमाने नाल नापांगे, बड़े बड़े संत कहण आने वाले भी इस पैमाने ते पूरे नहीं उतरणगे, ये भी मैं अर्ज़ करदे आं। बड़े बड़े गुणी ज्ञानी इस पैमाने ते पूरे नहीं उतरणगे। मैं एक अर्ज करते हैं, इसनों किधरे मेरा अहंकार ना समझना, मैंने इसकी समझ आई है, मैंने इस अवस्था की प्राप्ति नहीं, मैं थोड़े सामने कबूल करदा, मैं सतगुरु की हजूरी कबूल करदा, इतनी मैनू समझ आ गई है बस कि जो कुछ हो रहा है अर्ध चेतन सुत्या ही हो रहा है, इतनी समझ आ गई। लेकिन मैं पूरा जाग गया तो मैनू कोई प्राप्ति है, इस तरह का मेरा कोई दावा नहीं, इस तरह का मेरा कोई आखना नहीं, तो मैं अर्ज करा इस तरह की मेरी कोई अवस्था नहीं। ये मैं एक प्रबल सच्चाई थोड़े सामने रख दिती है। इस वास्ते कोई ये ना समझे कि मैं किसी ते चोट कर रहा हूँ, चोट नहीं कर रहा, गुरबाणी के पैमाने नाल कह रहा, वो धार्मिक है, वह धार्मिक है, वह धार्मिक है, नहीं है धार्मिक, धार्मिक होने की कोशिश कर रहा होगा, धार्मिक होने का यतन कर रहा होगा, ठीक है, धार्मिक होने की मेहनत कर रहा होगा, धार्मिक तो होता जो पूरा जागे हुआ है, जिदे को धर्म है, कीर्तन करता होगा, ये धार्मिक होने की कोशिश है, धार्मिक नहीं है। चलो हूँ मैं और लंबा चौड़ा खुल के कहा तो फिर बहुत खुली गल हो जाएगी। जिहड़े जिहड़े धार्मिक कर्म दिखाई दे रहे हैं धार्मिक लोगों को, वो धार्मिक कर्म ने, वो धार्मिक लोग नहीं ने, वो धार्मिक होने की कोशिश पे कर दे, वो धार्मिक होने का यतन पे कर दे, धार्मिक नहीं ने, उन्हां कोल धार्मिक कर्म जरूर ने जो दिखाई देते पे ने, लेकिन धार्मिक कर्म करदे होए धार्मिक क्यों नहीं है, सुते हो या कर रहे हैं, कामना करके धन कमांदा है, कामना करके ये कथा कीर्तन जप तप सब कुछ जो अडंबर कर रहे उहदे नाल भी कामनावां संसार दियां जुड़ियां होईयां ने, ये अद्धा जागया होया अद्धा सुत्या होया, सुत्ता सुत्ता मनुख जो कुछ कर रहा है वह सब संसारी है, कोई धार्मिक नहीं है, कोई धार्मिक नहीं है। तो महाराज कहते हैं महामूरख महामूढ़ अज्ञानी अंधे, इतने शब्द वरते ने इस पंक्ति दे। चलो मूर्ख कह दें दे, अज्ञानी अंधे तक कह देते, अंधे अज्ञानी मूर्ख ये सुते हुए बस राजलीला दे ची खचत ने, असी माण प्रतिष्ठा देंगे, ये धन संपदा दे ची खचत ने, ये परिवार दे ची खचत ने, इसे नू सब कुछ समझते पे ने, ये अधे सुते हुए ने, इस वास्ते महा अज्ञानी ने, मूढ़ ने, अंधे ने, इन्हों सच असलीयत कुछ भी नहीं दिखाई देती। हाँ जी, सुपना हब रंग माणिया मिठा लगड़ा मोह, जिस दे च ये रचे हुए ने ये वास्तविक नहीं है, सुपना से। हुण मैं अर्ज करा माया नो संसार नो अनर्वचनी कहे, अनर्वचनी तो मुराद एक बोल जिस ते फिट नहीं हो सकता उस तो विपरीत भी उस देते फिट हो सकता है, और जब बहुत सारे बोल पूरे उतरते होने एक चीज़ से विपरीत उन्होंने कहते अनर्वचनी अनर्वचनी।
हुण मैं अर्ज करा, संसार है संसार नहीं है, माया है माया नहीं है। सारे ऐसा कहते ने माया नहीं है, ब्रह्म ज्ञानी कहते नहीं है, सब ब्रह्म ही ब्रह्म है। तो जो सब ब्रह्म ही ब्रह्म है तो फिर माया दी इतनी लंबी चौड़ी कथा क्यों? माया ममता मौनी जिन विन दन ता जग आया, इंज आख्या जा रहा है। फिर ये आख्या जा रहा है विस संसार तुम देख दे हर का रूप है, हर रूप नदरी आया। ये जो हरी दा रूप है माया, ये जो माया है ये हरी दा रूप। हुण सुन लेना, जागे होए लई सब ब्रह्म ही ब्रह्म है, सुते होए लई सब माया ही माया। जागे होए लई सब परमात्मा ही परमात्मा है, सुते होए लई सब पदार्थ ही पदार्थ है। ये जो नास्तिक कह रहे ने कोई ब्रह्म नहीं कोई प्रभु नहीं, उन्हां दियां लेखनियां उन्हां दे वक्ताओ, तो गल स्पष्ट हो रही, सुते हुए ने, सुते हुए। इस वास्ते मैं अर्ज करा, माया है माया नहीं है, जगत है जगत नहीं है। जो है के ना हो जावे उन्हों माया कहते ने, जो है नहीं है, जो नहीं है है, जो ना हो के हो जाए, हो के ना हो जाए उन्हों कहते अनर्वचनी, विपरीत बोल भी जिस देते पूरे उतर देने। है नहीं है, नहीं है है, इहदे उत्ते जिहड़ा बहुत वड्डा उदाहरण देंदे ने ओ ए, जैसे जाग के परिवार नाल संबंध जुड़े हुए ने है परिवार है, फिर सौ गए नहीं है, नहीं है, नहीं है, फिर जाग गए है, लेकिन जब सौ गए तो सौ के सुपने आए, नवा संसार बन गया, नवी दुनिया बन गई। सुपने च कोई धन मिल गया, सुपने च कोई प्रभुता मिल गई है, कोई चंगा सुपना चल रहा है या दुखांत चल रहा है, नवा संसार सिरजत हो गया नींद दे च। फिर जागे, सुपने दा जगत ते विलीन हो गया, फिर वो जागृत अवस्था दा जगत सामने आ गया। ऐ परिवार है, कारोबार है, ऐ नाम धाम है, ऐ मेरी महल माड़ियाँ हैं, है ये है। ते जद सौ जाते हैं नहीं है, नहीं है, दूजा जगत शुरू हो जाता है, सुपने दा जगत शुरू हो जाता है। जैसे जागदे हैं फिर सुपने दा जगत खत्म हो जाता है, फिर जागृत दा जो है जगत शुरू हो जाता है। रोज निंद्रा दे साडा होर संसार होंदा है, जागृत दे साडा होर संसार होंदा। असी रोज दो तरह दे संसार दे च जीवदे आ, जागृत अवस्था दे च होर परिवार दे च जीने आ कहण देना, सुपन अवस्था च किसी होर परिवार दे च जीने। जागृत अवस्था दे किसी होर कम धंधिया दे जीवदे हाँ, सुत्या किसी होर कम धंधिया जीवदे हाँ। जागृत अवस्था च किसी होर दुनिया च असी होंदे हाँ, सुपन अवस्था च असी किसी होर दुनिया दे होंदे हाँ। ये दो तरह की दुनिया च असी जीवदे रहिंदे हाँ, ये दुबदा बनी रहिंदी है, जागृत दे च कुछ होर सुपन दे च कुछ होर। पर हुण गुरबाणी जो यथार्थ ज्ञानी कहिंदे ने ओ इह, जो जागृत अवस्था दे च वी असी देख रहे हां इह वी सुपना है, इह वी सुपना है। ते जे सुपना है ते सुपना किवें खत्म होवे? जागण नाल खत्म होवेगा। ओ जो तू अद्धा सुत्ता पिया है, जिस दिन जागेगा संसार इस ढंग दा नहीं रहेगा जिस ढंग दा तू देखदा पिया। फिर जिहड़े कहिंदे ने फलानी थां सानू सचखंड दे दर्शन होए ने, फलानी थां सच दे दर्शन होए ने, पूरा जो जागया होया मनुख है
ਉਹਦੇ ਲਈ ਪਰਿਵਾਰ ਵਿੱਚ ਵੀ ਨਿਰੰਕਾਰ ਦੀ ਝਲਕ ਮਿਲਦੀ ਹੈ। ਮਾਤ ਪਿਤਾ ਸੁਤ ਬੰਧਪ ਬਾਈ, ਨਾਨਕ ਹੋਆ ਪਾਰ ਬ੍ਰਹਮ ਸਹਾਈ। ਹੇ ਪ੍ਰਭੂ, ਮੈਂ ਮਾਸੂਮ ਬੱਚਾ ਸੀ, ਤੂੰ ਮਾਂ ਬਣ ਕੇ ਪਿਤਾ ਬਣ ਕੇ ਮੇਰਾ ਮਦਦਗਾਰ ਬਣਿਆ, ਨਾ ਆਉਂਦੇ ਤਾਂ ਮੈਂ ਜੀ ਸਕਦਾ ਸੀ। ਇਹ ਤੂੰ ਤਾਂ ਮੇਰਾ ਸਹਾਇਕ ਬਣਿਆ। ਕਦਮ ਕਦਮ 'ਤੇ ਜਾਗੇ ਹੋਏ ਮਨੁੱਖ ਦੀ ਪਹਿਚਾਣ, ਉਹਦੇ ਲਈ ਪਰਿਵਾਰ ਨਿਰੰਕਾਰ ਬਣ ਜਾਂਦਾ, ਉਹਦੇ ਲਈ ਸਾਰਾ ਸੰਸਾਰ ਨਿਰੰਕਾਰ ਦਾ ਰੂਪ ਬਣ ਜਾਂਦਾ। ਇਹ ਵਿਸ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ। ਜਿਹੜੇ ਕਹਿੰਦੇ ਸਾਨੂੰ ਸੱਚਖੰਡ ਦੇ ਦਰਸ਼ਨ ਹੋਏ ਨੇ, ਸੱਚ ਦੀ ਝਲਕ ਮਿਲੀਏ, ਫਲਾਣੇ ਕੋਲ ਜਾ ਕੇ ਮਾਂ ਧੱਕੇ ਪਈ ਖਾਂਦੀ ਹੈ, ਰੁਲਦੀ ਪਈ ਹੈ, ਉਹਨੂੰ ਕਦੀ ਤੂੰ ਪੁੱਛਿਆ ਨਹੀਂ। ਪਿਤਾ ਤੇਰਾ ਦੁਖੀ ਹੈ, ਕਦੀ ਉਸਦਾ ਹਾਲ ਚਾਲ ਲੈਣ ਗਿਆ ਨਹੀਂ। ਭਰਾ ਨਾਲ ਤੇਰੇ ਮੁਕਦਮੇਬਾਜ਼ੀ ਚੱਲਦੀ ਪਈ ਹੈ, ਤੈਨੂੰ ਸੱਚਖੰਡ ਦੇ ਦਰਸ਼ਨ ਹੋਏ ਨੇ, ਸੱਚਖੰਡ ਦੇ ਦਰਸ਼ਨ ਹੋਏ ਨੇ। ਨਹੀਂ, ਜਿਸ ਨੂੰ ਸੱਚਖੰਡ ਦੇ ਦਰਸ਼ਨ ਹੋ ਜਾਂਦੇ ਨੇ, ਇਹ ਵਿਸ ਸੰਸਾਰ ਤੁਮ ਦੇਖਦੇ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਤੋ ਮਹਾਰਾਜ ਇੱਥੇ ਕਹਿ ਰਹੇ ਨੇ, ਇਹ ਸਾਰੀਆਂ ਖੁਸ਼ੀਆਂ ਸੁਪਨੇ ਦੀਆਂ ਨੇ, ਵਾਸਤਵਿਕ ਨਹੀਂ ਨੇ। ਜਿਨ੍ਹਾਂ ਜਿਨ੍ਹਾਂ ਨੂੰ ਅਸੀਂ ਸੁੱਖ ਸਮਝ ਲੈਂਦੇ ਹਾਂ, ਇਹ ਮਿਲ ਗਿਆ, ਸੁੱਖ ਮਿਲ ਗਿਆ, ਸੁੱਖ ਮਿਲ ਗਿਆ, ਜਿਵੇਂ ਸੁੱਤੇ ਨੂੰ ਸੁਪਨੇ 'ਚ ਮਿਲ ਜਾਂਦਾ, ਜਿਵੇਂ ਸੁੱਤੇ ਨੂੰ ਸੁਪਨੇ 'ਚ ਕੁਝ ਪ੍ਰਾਪਤੀ ਹੋ ਜਾਂਦੀ ਹੈ, ਮਹਾਰਾਜ ਕਹਿੰਦੇ ਨੇ ਇਸ ਤਰ੍ਹਾਂ ਹੀ ਸਾਰੇ ਦਾ ਸਾਰਾ ਜਗਤ ਸੁੱਤੇ ਮਨੁੱਖ ਲਈ ਸਵਪਨ ਮਾਤਰ ਹੈ, ਹੋਰ ਕੁਛ ਵੀ ਨਹੀਂ ਹੈ। ਹਾਂਜੀ, ਨਾਨਕ ਨਾਮ ਵਿਹੂਣੀ ਆ ਸੁੰਦਰ ਮਾਇਆ ਧਰੋਹ। ਮਹਾਰਾਜ ਕਹਿੰਦੇ ਨੇ ਨਾਮ ਤੋਂ ਬਿਨਾਂ ਭਾਵੇਂ ਇਹ ਜਗਤ, ਭਾਵੇਂ ਮਾਇਆ ਕਿਤਨੀ ਸੁੰਦਰ ਹੈ, ਧੋ ਹੈ, ਛਲ ਹੈ, ਕਪਟ ਹੈ, ਇਹਦੇ 'ਚ ਮਨੁੱਖ ਛਲਿਆ ਜਾਂਦਾ, ਪਰਮਾਤਮਾ ਨੂੰ ਭੁੱਲ ਜਾਂਦਾ, ਇਹ ਸੰਸਾਰ ਜਾਗਣੇ ਨਹੀਂ ਦਿੰਦਾ, ਇਹ ਪਦਾਰਥ ਜਾਗਣੇ ਨਹੀਂ ਦਿੰਦੇ, ਆਪਣੇ 'ਚ ਇਤਨਾ ਲੀਨ ਕਰ ਦਿੰਦੇ ਨੇ, ਇਤਨਾ ਖਚਤ ਹੋ ਜਾਂਦੇ, ਨੀਂਦ ਬਣੀ ਰਹਿੰਦੀ, ਕਈ ਜਨਮਾਂ ਤੱਕ ਫਿਰ ਇਹ ਚੇਤਨਾ ਸੁੱਤੀ ਰਹਿੰਦੀ ਹੈ। ਇਸ ਵਾਸਤੇ ਮਹਾਰਾਜ ਕਹਿੰਦੇ ਜਦ ਮਨੁੱਖ ਜਾਗਦਾ ਹੈ ਤਾਂ ਇਹਨੂੰ ਪਤਾ ਚੱਲਦਾ, ਲੈ ਮੈਂ ਤਾਂ ਕਈ ਜਨਮਾਂ ਤੋਂ ਬਾਅਦ ਜਾਗਿਆ। ਮਿੱਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਹਾਂਜੀ, ਪੌੜੀ ਸੁਪਨੇ ਸੇਤੀ ਚਿੱਤ ਮੂਰਖ ਲਾਇਆ। ਇਸ ਮੂਰਖ ਨੇ, ਇਸ ਮੂਰਛਤ ਨੇ, ਇਸ ਬੇਹੋਸ਼ ਮਨੁੱਖ ਨੇ, ਇਹ ਸੁੱਤੇ ਮਨੁੱਖ ਨੇ ਬਸ ਸੁਪਨੇ ਨਾਲ ਹੀ ਚਿੱਤ ਜੋੜਿਆ ਹੋਇਆ। ਜਗ ਜੀਵਨ ਐਸਾ ਸੁਪਨੇ ਜੈਸਾ, ਜੀਵਨ ਸੁਪਨ ਸਮਾਨ, ਜੋ ਹੋ ਕੇ ਨਹੀਂ ਹੋ ਜਾਂਦਾ, ਸੁਪਨਾ ਸੁਪਨਾ।